ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ 11ਵੀਂ ਜਮਾਤ ਦੀ ਸ਼ੀਟ ਨੰਬਰ 10 ਵਿਸ਼ਾ لازਮੀ ਪੰਜਾਬੀ ਰਾਸ਼ਟਰੀ ਉਪਲਬਧੀ ਸਰਵੇਖਣ ਅੱਜ ਅਸੀਂ ਮੱਥੇ ਤੇ ਚਮਕਣ ਵਾਲ ਮੇਰੇ ਬੰੜੇ ਦੇ ਇਸ ਘੋੜੀ ਨਾਲ ਸੰਬੰਧਿਤ ਕੁਝ ਸਵਾਲ ਜਵਾਬ ਕਰਾਂਗੇ ਪਹਿਲਾ ਸਵਾਲ ਆ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਸਿਹਰਾ ਕਿਸ ਦੇ ਸਿਰ ਤੇ ਸਜਾਇਆ ਜਾਣਾ ਹੈ ਉੱਤਰ ਹੈ ਵਿਆਹ ਵਾਲੇ ਮੁੰਡੇ ਦੇ ਦੂਜਾ ਸਵਾਲ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਸ਼ਗਨਾ ਦਾ ਗਾਣਾ ਅਤੇ ਮਹਿੰਦੀ ਕਿਸ ਦੇ ਲਗਾਈ ਜਾਣੀ ਹੈ ਜਵਾਬ ਹੈ ਵਿਆਹ ਵਾਲੇ ਮੁੰਡੇ ਦੇ ਤੀਜਾ ਸਵਾਲ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਡੋਲਾ ਲਿਆਉਣ ਤੋਂ ਬਾਅਦ ਪਾਣੀ ਕਿਸ ਨੇ ਵਾਰ ਕੇ ਪੀਤਾ ਜਵਾਬ ਹੈ ਮਾਂ ਨੇ ਚੌਥਾ ਸਵਾਲ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਗਾਨੇ ਦੇ ਕਿੰਨੇ ਫੁਮਣ ਲੱਗੇ ਹੋਏ ਹਨ ਦੂਜੀ ਆਪਸ਼ਨ 4 ਪੰਜਵਾਂ ਸਵਾਲ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਮਹਿੰਦੀ ਦਾ ਰੰਗ ਕਿਹੋ ਜਿਹਾ ਹੈ ਜਵਾਬ ਹੈ ਸੁਹਾ ਲਾਲ ਛੇਮਾ ਸਵਾਲ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਸਿਹਰੇ ਦੇ ਕਿੰਨੀਆਂ ਲੜੀਆਂ ਲੱਗੀਆਂ ਹੋਈਆਂ ਹਨ ਤੀਜੀ অপਸ਼ਨ 4 ਸੱਤਵਾਂ ਸਵਾਲ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਕਿਹੜੀ ਜੋੜੀ ਬਨੜੇ ਦੇ ਨਾਲ ਜਾ ਰਹੀ ਹੈ ਉੱਤਰ ਹੈ ਜੀ ਭਾਵਾਂ ਦੀ ਜੋੜੀ 8ਵਾਂ ਸਵਾਲ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਨਿੱਕੀ ਜਹੀ ਬੰਨੋ ਤੋਂ ਕੀ ਭਾਵ ਹੈ ਜਵਾਬ ਹੈ ਲਾੜੀ ਆਪਸ਼ਨ ਦੂਜੀ 9ਵਾਂ ਸਵਾਲ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਬੰਣੜੇ ਦੇ ਮੱਥੇ ਤੇ ਕੀ ਚਮਕ ਰਿਹਾ ਹੈ ਜਵਾਬ ਹੈ ਵਾਲ 10ਵਾਂ ਸਵਾਲ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਕਿਸ ਤਰ੍ਹਾਂ ਦੀਆਂ ਲਾਵਾ ਲੈਣ ਦੀ ਗੱਲ ਕਹੀ ਗਈ ਹੈ ਉੱਤਰ ਹੈ ਜੀ ਸ਼ਗਨਾ ਦੀਆਂ ਲਾਵਾ ਬਹੁਤ ਬਹੁਤ ਸ਼ੁਕਰੀਆ